ਨਾ ਨਬੀਉੱਲਾ। ਅੱਲਾ ਦਾ ਨਬੀ ਕਿੱਥੇ ਰਹਿੰਦਾ ਹੈ? ਤੇ ਬੱਚਾ ਛੋਟੇ ਵਾਲਾ ਜਵਾਬ ਦਿੰਦਾ, ਕਹਿੰਦਾ ਹੁਵਾ ਫਿਲ ਮਸਜਿਦ, ਏਦਾਂ ਇਸ਼ਾਰਾ ਕਰਕੇ ਹੁਵਾ ਫਿਲ ਮਸਜਿਦ, ਬਾਬਾ ਉਹ ਮਸਜਿਦ ਚ। ਬਾਬਾ ਤੇ ਬੀਬੇ ਚਲੇ ਗਏ ਮਸਜਿਦ ਚ, 5 ਮਿੰਟ ਨਹੀਂ ਸੀ ਹੋਏ ਰੋਂਦੇ ਹੋਏ ਵਾਪਸ, ਬੱਚਿਆਂ ਨੂੰ ਖੇਡ ਭੁੱਲ ਗਈ, ਭੱਜ ਕੇ ਬਾਬੇ ਕੋਲ ਚਲੇ ਗਏ। ਬਾਬਾ ਇਸ ਘਰ ਦੇ ਵਿੱਚ ਰੋਂਦੇ ਜਾਂਦੇ ਵੇਖੇ, ਹੱਸਦੇ ਆਉਂਦੇ ਵੇਖੇ, ਤੂੰ ਪਹਿਲਾਂ ਜਿਹੜਾ ਹੱਸਦਾ ਗਿਆ ਤੇ ਰੋਂਦਾ ਆਇਆ, ਕੀ ਕਰਨ ਗਿਆ ਸੀ? ਬਾਬਾ ਕਹਿੰਦਾ ਔਲਾਦ ਦਾ ਸਵਾਲ ਲੈ ਕੇ ਗਿਆ ਸੀ ਪਰ ਖਾਲੀ ਮੁੜਾਇਆ। ਮੈਨੂੰ ਦੱਸਿਆ ਸੀ ਕਿਸੇ ਨੇ ਕਿ ਇਸ ਘਰ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਂਦਾ, ਪਰ ਮੈਂ ਤੇ ਇੱਥੋਂ ਵੀ ਖਾਲੀ ਆ ਗਿਆ। ਛੋਟੇ ਵਾਲਾ ਪੁੱਛਦਾ, ਬਾਬਾ ਕੀ ਕਿਹਾ ਸੀ? ਕਹਿੰਦਾ ਮੈਂ ਕਿਹਾ ਸੀ, ਐ ਅੱਲਾ ਦੇ ਨਬੀ, ਜੇ ਮੇਰੇ ਮੁਕੱਦਰਾਂ 'ਚ ਔਲਾਦ ਹੈ ਤਾਂ ਦੁਆ ਕਰ ਦਿਓ ਮੈਨੂੰ ਮੇਰੇ ਮੁਕੱਦਰਾਂ ਦੀ ਔਲਾਦ ਮਿਲ ਜਾਵੇ। ਹਲੇ ਗੱਲ ਚਲਦੀ ਪਈ ਸੀ, ਥੋੜ੍ਹੀ ਦੇਰ ਦੇ ਵਿੱਚ ਹਜ਼ਰਤ ਸਲਮਾਨ ਫਾਰਸੀ, ਉਮਰ 360 ਸਾਲ, ਨੋਲੇ ਖੜ ਕੇ ਆ ਕੇ ਕਹਿੰਦੇ, ਬਾਬਾ ਜੇ ਮੰਗਣਾ ਨਾ ਆਵੇ ਫਿਰ ਮਾਲਕਾਂ 'ਤੇ ਗੁੱਸਾ ਨਹੀਂ ਕਰੀਦਾ, ਜੇ ਮੰਗਣਾ ਨਾ ਆਉਂਦਾ ਹੋਵੇ ਮਾਲਕਾਂ 'ਤੇ ਗੁੱਸਾ ਨਹੀਂ ਕਰੀਦਾ। ਜੇ ਤੇਰੇ ਮੁਕੱਦਰਾਂ 'ਚ ਔਲਾਦ ਹੁੰਦੀ ਤੇਰੇ ਘਰ ਹੋ ਜਾਂਦੀ, ਤੂੰ ਕਹਿਣਾ ਸੀ ਮੈਂ ਮੁਕੱਦਰਾਂ ਦੀ ਨਹੀਂ, ਮੈਂ ਤਾਂ ਤੇਰੇ ਦਰੋਂ ਲੈਣ ਆਇਆ ਆਇਆ ਅੱਲਾ ਦੇ ਨਬੀ ਦੇ ਦਰ ਤੇ ਆਪਣੇ ਮੁਕੱਦਰਾਂ ਦੀ ਮੰਗੀ ਜਾਂਦੀ, ਉਹ ਤਾਂ ਘਰ ਹੋ ਜਾਂਦੀ। ਬਾਬਾ ਕਹਿੰਦਾ ਕੋਈ ਗੱਲ ਨਹੀਂ ਫੇਰ ਚਲ ਜਾਂਦਾ। ਫੇਰ ਕੀ ਹੋਇਆ? ਜਦੋਂ ਵਾਪਸ ਮੁੜਨ ਲੱਗੇ ਤਾਂ ਛੋਟੇ ਵਾਲਾ ਕਹਿੰਦਾ ਬਾਬਾ ਰੁਕ, ਹੁਣ ਤੈਨੂੰ ਉਸ ਦਰ ਜਾਣ ਦੀ ਜ਼ਰੂਰਤ ਨਹੀਂ, ਤੈਨੂੰ ਔਲਾਦ ਇੱਥੇ ਦੇ ਕੇ ਭੇਜਾਂ। ਉਸ ਰੋਤੇ ਹੋਏ ਸ਼ਖਸ ਕੋ ਦੇਖ ਕਰ ਕਹਿਣੇ ਲੱਗੇ ਸ਼ਬੀਰ। ਸ਼ਬੀਰ ਕੌਣ? ਹਜ਼ਰਤ ਇਮਾਮ ਹੁਸੈਨ, ਉਹਨਾਂ ਦਾ ਨਾਮ ਹਜ਼ਰਤ ਸ਼ਬੀਰ। ਇੱਕ ਉਸ ਰੋਤੇ ਹੋਏ ਸ਼ਖਸ ਕੋ ਦੇਖ ਕਰ ਕਹਿਣੇ ਲੱਗੇ ਸ਼ਬੀਰ, ਇਸਕਾ ਸੋਇਆ ਮੁਕੱਦਰ ਜਗਾ ਦੂੰ, ਤਰੇ ਨਾਨਾ ਸੇ ਆਇਆ ਜੋ ਰੋਤਾ ਹੁਆ ਤੂੰ ਕਹੇ ਤੋ ਮੈਂ ਭਈਆ ਹਸਾ ਦੂੰ। ਵੱਡੇ ਵਾਲੇ ਨੂੰ ਕਹਿੰਦਾ, ਵੱਡਾ ਕੌਣ? ਹਜ਼ਰਤ ਇਮਾਮ ਹਸਨ। ਛੋਟਾ ਕਹਿੰਦਾ ਇਹਨੂੰ ਹਸਾ ਦੀਏ? ਵੱਡਾ ਕਹਿੰਦਾ ਚੱਲ ਫਿਰ ਹਸਾ ਦਿੰਦੇ ਹਾਂ। ਕਹਿੰਦਾ ਚੱਲ ਫਿਰ ਹੋ ਜਾ ਸ਼ੁਰੂ। ਵੱਡਾ ਹਜ਼ਰਤ ਇਮਾਮ ਹਸਨ ਕਹਿੰਦਾ ਬਾਬਾ ਇੱਕ। ਹਸਨ ਨੇ ਕਿਹਾ ਇੱਕ। ਅਰਸ਼ ਮੌਲਾ ਤੇ ਅੱਲਾ ਪਾਕ ਨੇ ਕਿਹਾ ਜਬਰੀਲ ਨੂੰ, ਜਬਰੀਲ ਇਸ ਬਾਬੇ ਦਾ ਮੁਕੱਦਰ ਬਦਲ ਤੇਰੇ ਮੁਕੱਦਰਾਂ 'ਚ ਲਿਖ ਦੇ ਇੱਕ। ਹਸਨ ਨੇ ਕਿਹਾ ਇੱਕ ਤੇ ਹੁਸੈਨ ਕਹਿੰਦਾ ਦੋ। ਅੱਲਾ ਪਾਕ ਕਹਿੰਦਾ ਮਿਟਾ ਇਹਦਾ ਮੁਕੱਦਰ ਤੇ ਲਿਖ ਦੇ ਮੁਕੱਦਰਾਂ 'ਚ ਦੋ। ਜੋੜੀ ਸ਼ੁਰੂ ਹੋ ਗਈ। ਹਸਨ ਕਹਿੰਦਾ ਇੱਕ, ਹੁਸੈਨ ਕਹਿੰਦਾ ਦੋ, ਹਸਨ ਕਹਿੰਦਾ ਤਿੰਨ, ਹੁਸੈਨ ਕਹਿੰਦਾ ਚਾਰ, ਹਸਨ ਕਹਿੰਦਾ ਪੰਜ, ਹੁਸੈਨ ਕਹਿੰਦਾ ਛੇ, ਹਸਨ ਕਹਿੰਦਾ ਸੱਤ। ਜਦੋਂ ਹੁਸੈਨ ਕਹਿਣ ਲੱਗਿਆ ਅੱਠ ਤੇ ਬਾਬੇ ਨੇ ਮੂੰਹ ਤੇ ਹੱਥ ਰੱਖ ਦਿੱਤਾ। ਬਾਬਾ ਕਹਿੰਦਾ ਬਸ। ਜਦੋਂ ਬਾਬੇ ਨੇ ਕਿਹਾ ਬਸ ਤੇ ਹਜ਼ਰਤ ਮੌਲਾ ਹੁਸੈਨ ਕਹਿਣ ਲੱਗੇ ਓ ਬਾਬਾ ਖੁਦਾ ਦੀ ਕਸਮ ਤੇ ਰਹਿਮਤ ਦੇ ਮੂਹਰੇ ਨੱਕਾ ਲਾ ਦਿੱਤਾ, ਨਹੀਂ ਤਾਂ ਅੱਜ ਤੇਰੀ ਔਲਾਦ ਇੱਕ ਪਾਸੇ ਹੁੰਦੀ, ਤੇਰੇ ਦੇਸ਼ ਦੀ ਆਬਾਦੀ ਇੱਕ ਪਾਸੇ ਹੁੰਦੀ। ਹੋ ਸੱਚੇ ਦਰਬਾਰ ਕੀ? ਬਾਬਾ ਕਹਿੰਦਾ ਅੱਲਾ ਦੇ ਘਰੋਂ ਜਵਾਬ ਆ ਗਿਆ, ਅੱਲਾ ਦੇ ਨਬੀ ਦੇ ਘਰੋਂ ਜਵਾਬ ਆ ਗਿਆ, ਤੁਸੀਂ ਸੱਤ ਦੀ ਜਾਮਨੀ ਲੈ ਲਈ, ਤੁਸੀਂ ਹੋ ਕੌਣ? ਦੱਸੋ ਤੁਸੀਂ ਕੌਣ ਹੋ? ਹਜ਼ਰਤ ਸਲਮਾਨ ਫਾਰਸੀ ਕਹਿੰਦੇ ਬਾਬਾ ਤੇਰੀ ਉਮਰ ਕਿੰਨੀ ਹੈ? ਬਾਬਾ ਕਹਿੰਦਾ 80 ਸਾਲ। ਬੇਬੇ ਤੇਰੀ ਉਮਰ ਕਿੰਨੀ ਹੈ? ਕਹਿੰਦੀ 75 ਸਾਲ। ਕਹਿੰਦਾ ਮੇਰੀ 360 ਸਾਲ ਹੈ, ਹਾਲੇ ਤੱਕ ਤੇ ਮੈਨੂੰ ਨਹੀਂ ਪਤਾ ਲੱਗਿਆ ਕੌਣ ਹੈ, ਤੁਹਾਨੂੰ ਕਿੱਦਾਂ ਪਤਾ ਲੱਗਣਾ? ਬਾਬਾ ਕਹਿੰਦਾ ਮੈਨੂੰ ਨਹੀਂ ਪਤਾ ਮੇਰੀ ਔਲਾਦ ਹੋਣੀ ਕਿ ਨਹੀਂ ਹੋਣੀ, ਪਰ ਮੈਂ ਆਫਰੀਨ ਜਾਵਾਂ ਤੁਹਾਡੇ, ਮੈਂ ਵਾਰੇ ਜਾਵਾਂ ਤੁਹਾਡੀ ਜ਼ੁਬਾਨ ਦੇ,
ਮੈਂ ਵਾਰੇ ਜਾਵਾਂ ਤੁਹਾਡੀ ਇਸ ਇਸ ਦੇਣ ਤੋਂ ਮੈਂ ਵਾਰੇ ਜਾਵਾਂ। ਮੇਰਾ ਦਿਲ ਕਰਦਾ ਬਾਬਾ ਮੈਂ ਮੇਰਾ ਦਿਲ ਕਰਦਾ ਮੈਂ ਤੇਰਾ ਮੁਰੀਦ ਹੋ ਜਾਵਾਂ। ਬਾਬਾ ਕਹਿੰਦਾ ਇਹਦਾ ਮੁਰੀਦ 4.5 ਸਾਲ ਵਾਲੇ ਫਕੀਰੀ ਦੇ ਵਿੱਚ ਉਮਰ ਨਹੀਂ ਦੇਖੀ ਜਾਂਦੀ, ਫਕੀਰੀ 'ਤੇ ਨਜ਼ਰ ਪਰਖੀ ਜਾਂਦੀ। 80 ਸਾਲ ਦਾ ਬਾਬਾ ਮੁਰੀਦ ਹੋ ਗਿਆ ਮੌਲਾ ਹੁਸੈਨ ਦਾ। ਕਹਿੰਦਾ ਮੈਂ ਤੇਰਾ ਅੱਜ ਤੋਂ ਬਾਅਦ ਮੁਰੀਦ ਹਾਂ ਅਤੇ ਤੂੰ ਮੇਰਾ ਪੀਰ ਹੈ। ਮੈਨੂੰ ਇਹ ਦੱਸ ਪੀਰ ਜੀ ਤੁਸੀਂ ਕਦੇ ਮੇਰੇ ਘਰ ਆਓਗੇ? ਮੌਲਾ ਹੁਸੈਨ ਕਹਿਣ ਲੱਗੇ ਬਾਬਾ ਆਵਾਂਗੇ ਜ਼ਰੂਰ ਪਰ ਤੇਰੇ ਤੋਂ ਪਹਿਚਾਣੇ ਨਹੀਂ ਜਾਣੇ, ਆਵਾਂਗੇ ਜ਼ਰੂਰ ਤੇਰੇ ਤੋਂ ਪਹਿਚਾਣੇ ਨਹੀਂ ਜਾਣੇ। ਬਾਬਾ ਕਹਿੰਦਾ ਮੇਰੀ ਪਰੇਸ਼ਾਨੀ ਦਾ ਕੋਈ ਆਲਮ ਨਹੀਂ, ਅੱਲਾਹ ਦੇ ਘਰੋਂ ਜਵਾਬ, ਅੱਲਾਹ ਦੇ ਨਬੀ ਦੇ ਘਰੋਂ ਜਵਾਬ, ਤੁਸੀਂ 7 ਦੀ ਜਾਮ ਨਹੀਂ ਲੈ ਲਈ। ਹਜ਼ਰਤ ਮੌਲਾ ਅਲੀ ਸਰਕਾਰ ਕਹਿਣ ਲੱਗੇ ਬਾਬਾ ਤੂੰ ਆਪਣੇ 7 ਪੁੱਤ ਲੈ ਕੇ ਚੱਲ ਘਰ ਨੂੰ, ਬਾਕੀ ਰੱਬ ਜਾਣਿਆ ਹੁਸੈਨ ਜਾਣੇ, ਰੱਬ ਜਾਣਿਆ ਹੁਸੈਨ ਜਾਣੇ। ਹਜ਼ਰਤ ਮੌਲਾ ਹੁਸੈਨ ਨੂੰ ਗੋਦੀ 'ਚ ਲਈ ਬੈਠੇ
ਕਿਉਂਕਿ ਉਹ ਨਾਨੇ ਤੇ ਉਹ ਨਵਾਸਾ, ਨਾਨੇ ਦਾ ਨਵਾਸੇ ਦਾ ਪਿਆਰ ਦੇਖਣਾ ਲੱਗਦਾ। ਉਹ ਜਿਹੜੀ ਕੋਈ ਗੱਲ ਕਹਿੰਦੇ ਆ ਨਾ ਅੱਲਾਹ ਦੇ ਨਬੀ, ਉਹ ਫੌਰਨ ਜਵਾਬ ਦਿੰਦੇ ਆ। ਬੱਚਾ ਜਿੱਦਾਂ ਨਾ ਥੋੜ੍ਹਾ ਫੌਰਨ ਜਵਾਬ, ਫੌਰਨ ਹਰ ਗੱਲ ਦਾ ਉਹ ਆਂਸਰ ਦੇ ਰਿਹਾ। ਅਤੇ ਸਰਕਾਰ ਥੋੜ੍ਹੇ ਜਿਹੇ ਗੁੱਸੇ 'ਚ ਆ ਗਏ, ਕਹਿਣ ਲੱਗੇ ਹੁਸੈਨ ਤੂੰ ਬੜਾ ਬੋਲਣ ਲੱਗ ਗਿਆ, ਤੂੰ ਸਾਡੀ ਹਰ ਗੱਲ ਦਾ ਜਵਾਬ ਦੇ ਰਿਹਾ, ਤੂੰ ਸਾਡੇ ਤੋਂ ਵੱਡਾ ਕਿ ਅਸੀਂ ਤੇਰੇ ਤੋਂ ਵੱਡੇ ਹਾਂ, ਤੂੰ ਸਾਡੇ ਤੋਂ ਵੱਡਾ ਕਿ ਅਸੀਂ ਤੇਰੇ ਤੋਂ ਵੱਡੇ। ਉਹਨਾਂ ਨੇ ਤਾਂ ਸਹਿਜ ਸੁਭਾਅ ਪੁੱਛਿਆ। ਅੱਗੋਂ ਮੌਲਾ ਹੁਸੈਨ ਕਹਿਣ ਲੱਗੇ ਨਾਨਾ ਜੀ ਤਿੰਨ ਗੱਲਾਂ 'ਚ ਤੁਸੀਂ ਵੱਡੇ ਹੋ, ਪੰਜ ਗੱਲਾਂ 'ਚ ਮੈਂ ਵੱਡਾ। ਤਿੰਨ ਗੱਲਾਂ 'ਚ ਤੁਸੀਂ ਵੱਡੇ ਹੋ, ਪੰਜ ਗੱਲਾਂ 'ਚ ਮੈਂ ਵੱਡਾ। ਕਹਿੰਦੇ ਹੈ ਅੱਛਾ, ਕਹਿੰਦੇ ਚੱਲ ਪਹਿਲਾਂ ਇਹ ਗੱਲ ਦੱਸ ਵੀ ਅਸੀਂ ਕਿਹੜੀਆਂ ਤਿੰਨ ਗੱਲਾਂ 'ਚ ਵੱਡੇ। ਕਹਿੰਦੇ ਸਭ ਤੋਂ ਤਾਂ ਵੱਡੀ ਗੱਲ, ਤੁਸੀਂ ਮੇਰੇ ਨਾਨਾ ਜੀ, ਮੈਂ ਤੁਹਾਡਾ ਨਿਵਾਸਾ, ਤੁਸੀਂ ਵੱਡੇ ਰਿਸ਼ਤੇ 'ਚ ਵੱਡੇ। ਦੂਸਰੀ ਗੱਲ ਮੈਂ ਬੱਚਾ, ਤੁਸੀਂ ਬਜ਼ੁਰਗ ਉਮਰ 'ਚ ਵੱਡੇ। ਤੀਸਰੀ ਗੱਲ ਮੈਂ ਹੁਸੈਨ ਅਤੇ ਤੁਸੀਂ ਅੱਲਾਹ ਦੇ ਮਹਿਬੂਬ, ਪੂਰੀ ਕਾਇਨਾਤ 'ਚ ਤੁਹਾਡੇ ਵਰਗਾ ਕੋਈ ਨਹੀਂ, ਤੁਸੀਂ ਵੱਡੇ। ਕਹਿੰਦੇ ਫਿਰ ਹੁਣ ਤੂੰ ਫਸ ਗਿਆ, ਜੇ ਸਾਡੇ ਵਰਗਾ ਪੂਰੀ ਕਾਇਨਾਤ 'ਚ ਕੋਈ ਨਹੀਂ ਫਿਰ ਤੂੰ ਕਿਹੜੀਆਂ ਪੰਜ ਗੱਲਾਂ 'ਚ ਵੱਡਾ ਹੋਇਆ। ਕਹਿੰਦੇ ਲੈ ਸੁਣ ਲਓ, ਪਹਿਲੀ ਗੱਲ, ਪਹਿਲੀ ਗੱਲ ਤਾਂ ਇਹ ਹੈ ਕਿ ਮੇਰੇ ਨਾਨੇ ਵਰਗਾ ਤੁਹਾਡਾ ਨਾਨਾ ਹੀ ਹੈ ਨਹੀਂ। ਮੈਂ ਵੱਡਾ, ਮੇਰੇ ਨਾਨੇ ਵਰਗਾ ਤੁਹਾਡਾ ਨਾਨਾ ਹੈ ਨਹੀਂ, ਮੈਂ ਵੱਡਾ। ਦੂਸਰੀ ਗੱਲ, ਮੇਰੇ ਬਾਪ ਨੂੰ ਸ਼ੇਰੇ ਖੁਦਾ ਹੋਣ ਦਾ ਲਕਬ ਹਾਸਲਾ ਜਿਹੜਾ ਤੁਹਾਡੇ ਬਾਪ ਨੂੰ ਨਹੀਂ ਸੀ, ਮੈਂ ਵੱਡਾ। ਮੇਰੀ ਮਾਂ ਨੂੰ ਖਾਤੂ ਨੇ ਜੰਨਤ ਪਰਦਿਆਂ ਦੀ ਸਰਦਾਰ ਹੋਣ ਦਾ ਲਕਬ ਹਾਸਲ ਹੈ, ਤੁਹਾਡੀ ਮਾਂ ਨੂੰ ਨਹੀਂ ਸੀ, ਮੈਂ ਵੱਡਾ। ਮੈਦਾਨ ਮੇਰੀ ਵਜ੍ਹਾ ਕਰਕੇ ਮੇਰੇ ਨਾਨੇ ਨੂੰ ਸ਼ਹੀਦੀ ਮਿਲਣੀ ਹੈ ਤੇ ਮੈਂ ਤੁਹਾਡੇ ਤੋਂ ਵੱਡਾ। ਕਹਿੰਦੇ ਨਹੀਂ ਬਈ, ਸਾਡੀ ਤੇ ਜਿਹੜੀ ਮੌਤ ਹੋਣੀ ਹੈ ਉਹ ਆਮ ਹੋਣੀ ਹੈ, ਅਸੀਂ ਤੇ ਸ਼ਹੀਦ ਨਹੀਂ ਹੋਣਾ। ਕਹਿੰਦੇ ਨਾਨਾ ਜੀ ਤੁਸੀਂ ਕਹਿੰਦੇ ਹੋ ਨਾ ਹੁਸੈਨ ਮੁਝਸੇ ਹੈ, ਮੈਂ ਹੁਸੈਨ ਸੇ ਹੂੰ। ਕਹਿੰਦੇ ਜਦੋਂ ਮੈਦਾਨ ਏ ਕਰਬਲਾ ਦੇ ਵਿੱਚ ਤੁਹਾਡੇ ਇਸ ਹੁਸੈਨ ਦੀ ਗਰਦਨ ਤੇ ਛੁਰੀ ਚੱਲ ਰਹੀ ਹੋਣੀ ਹੈ, ਉਹ ਹੁਸੈਨ ਦੀ ਗਰਦਨ ਤੇ ਨਹੀਂ, ਉਹ ਮੇਰੇ ਨਾਨੇ ਦੀ ਗਰਦਨ ਤੇ ਚੱਲ ਰਹੀ ਹੋਣੀ ਹੈ, ਮੈਂ ਤੁਹਾਡੇ ਤੋਂ ਵੱਡਾ। ਪੰਜਵਾਂ, ਹਸ਼ਰ ਦਾ ਮੈਦਾਨ ਹੋ, ਅੱਲਾਹ ਪਾਕ ਦੀ ਕਚਹਿਰੀ ਲੱਗੀ ਹੋ, ਕੁੱਲ ਵਲੀ ਔਲੀਆ ਪੈਗੰਬਰ ਮਸਤ ਕਲੰਦਰ ਸਭ ਦੀ ਹਾਜ਼ਰੀ ਪੇਸ਼ੀ ਹੋਣੀ ਹੈ, ਜਦੋਂ ਫੈਸਲੇ ਦੀ ਘੜੀ ਹੋਣੀ ਹੈ, ਉਹ ਸਭ ਤੋਂ ਪਹਿਲਾਂ ਜੰਨਤ ਦੇ ਵਿੱਚ ਜਾਣ ਦਾ ਮਾਣ ਹਾਸਲ, ਸ਼ਹੀਦਾਂ ਦਾ ਝੰਡਾ ਫੜ ਕੇ, ਸ਼ਹੀਦਾਂ ਦਾ ਸਰਦਾਰ ਬਣ ਕੇ, ਉਹ ਹੁਸੈਨ ਨੂੰ ਸਭ ਤੋਂ ਪਹਿਲਾਂ ਜੰਨਤ 'ਚ ਜਾਣ ਦਾ ਮਾਣ ਹਾਸਲ ਹੋਣਾ, ਤੁਹਾਨੂੰ ਨਹੀਂ ਹੋਣਾ, ਮੈਂ ਤੁਹਾਡੇ ਤੋਂ ਵੱਡਾ। ਸੀਨੇ ਨਾਲ ਲਾ ਲਿਆ, ਘੁੱਟ ਕੇ ਜੱਫੀ ਪਾ ਲਈ, ਅੱਖਾਂ 'ਚ ਹੰਝੂ ਆ ਗਏ, ਅੱਖਾਂ 'ਚ ਹੰਝੂ ਆ ਗਏ। ਕਹਿੰਦੇ ਹੁਸੈਨ ਇੱਕ ਮਸਲਾ ਤੇ ਹੱਲ ਕਰ, ਨਾਨਾ ਜੀ ਹੁਕਮ ਕਰੋ। ਆਹ ਦੋ ਪਰਦੇ ਦੇਖ ਰਹੇ, ਇੱਕ ਦੇ ਵਿੱਚ ਸਵਾਲ ਹੈ, ਇੱਕ ਦੇ ਵਿੱਚ ਇਨਾਮ ਹੈ। 1,23,000 ਪੈਗੰਬਰ ਇਹ ਸਵਾਲ ਪੜ੍ਹ ਕੇ ਤੌਬਾ ਤੌਬਾ ਕਰਕੇ ਚਲੇ ਗਏ। ਅੱਲਾਹ ਨੇ ਕਿਹਾ ਜਿਹੜਾ ਇਹਦਾ ਜਵਾਬ ਦਊਗਾ ਉਹਨੂੰ ਇਹ ਇਨਾਮ ਦਿੱਤਾ ਜਾਊਗਾ। ਮੌਲਾ ਹੁਸੈਨ ਦੌੜੇ ਦੌੜੇ ਗਏ, ਸਵਾਲ ਨਹੀਂ ਦੇਖਿਆ, ਇਨਾਮ ਵਾਲਾ ਪਰਦਾ ਚੁੱਕ ਦਿੱਤਾ। ਲਾਲ ਆਖ ਦਾ ਤਾਜ ਚੱਕਿਆ, ਚੱਕ ਕੇ ਨਾਨੇ ਦੇ ਸਿਰ ਤੇ ਟਿਕਾ ਦਿੱਤਾ। ਹਜ਼ੂਰ ਕਹਿਣ ਲੱਗੇ ਉਹ ਹੁਸੈਨ ਇਹ ਤੂੰ ਕੀ ਕੀਤਾ, ਸਵਾਲ ਤੇ ਆਪਾਂ ਦੇਖਿਆ ਹੀ ਨਹੀਂ, ਜੇ ਜਵਾਬ ਨਾ ਦੇ ਹੋਇਆ ਤੂੰ ਚੱਕ ਕੇ ਤਾਜ ਮੇਰੇ ਸਿਰ ਤੇ ਰੱਖ ਦਿੱਤਾ। ਹੁਸੈਨ ਕਹਿਣ ਲੱਗੇ ਨਾਨਾ ਜੀ ਬਹੁਤ ਸੋਹਣੇ ਲੱਗਦੇ ਹੋ, ਤਾਜ ਨਾ ਉਤਾਰਿਓ,
ਤਾਜ ਨਾ ਉਤਾਰਿਓ, ਬਹੁਤ ਸੋਹਣੇ ਲੱਗਦੇ ਹੋ। ਰਹੀ ਗੱਲ ਸਵਾਲ ਦੀ, ਉਹਦਾ ਫਿਕਰ ਨਾ ਕਰੋ, ਕਿਉਂ ਰੱਬ ਜਾਣਿਆ ਹੁਸੈਨ ਜਾਣੇ, ਰੱਬ ਜਾਣਿਆ ਹੁਸੈਨ ਜਾਣੇ। ਨਮਾਜ਼ ਪੜ੍ਹ ਰਹੇ ਨੇ ਮਸਜਿਦ ਦੇ ਵਿੱਚ, ਮੌਲਾ ਹੁਸੈਨ ਛੋਟੀ ਉਮਰ ਦੇ ਵਿੱਚ ਮਸਜਿਦ 'ਚ ਜਾ ਵੜੇ, ਕੋਈ ਨਮਾਜ਼ੀਆਂ ਦੀ ਪਹਿਚਾਣ, ਕਿਸੇ ਦੇ ਉੱਪਰ ਦੇ ਲੰਘ ਜਾਂਦੇ, ਕਿਸੇ ਦੇ ਸੱਜੇ ਕਿਸੇ ਦੇ ਖੱਬੇ, ਕਰਦੇ 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 ਮੇਰਾ ਨਾਨਾ ਕਿੱਥੇ, ਮੇਰਾ ਨਾਨਾ ਕਿੱਥੇ, ਮਸਜਿਦ ਦੀ ਪਹਿਲੀ ਕਤਾਰ 'ਚ ਪਹੁੰਚ ਗਏ, ਅੱਲਾ ਦੇ ਨਬੀ ਜਮਾਤ ਕਰਾ ਰਹੇ ਨੇ। ਉੱਧਰੋਂ ਹੁਸੈਨ ਪਹੁੰਚੇ, ਉੱਧਰੋਂ ਸਜਦੇ ਦਾ ਵਕਤ ਹੋ ਗਿਆ, ਹਜ਼ੂਰ ਸਜਦੇ 'ਚ ਗਏ, ਹੁਸੈਨ ਛਾਲ ਮਾਰ ਕੇ ਹਜ਼ੂਰ ਦੀ ਪੁਸ਼ਤ 'ਤੇ ਬੈਠ ਗਿਆ। ਹੁਸੈਨ ਛਾਲ ਮਾਰ ਕੇ ਨਾਨੇ ਦੀ ਪੁਸ਼ਤ 'ਤੇ ਬੈਠ ਗਿਆ, ਪਿੱਠ 'ਤੇ ਬੈਠ ਗਿਆ, ਆਪਦੀ ਪਗੜੀ ਦਾ ਲੜ ਫੜਿਆ ਅਤੇ ਸਰਕਾਰ ਨੂੰ ਘੋੜਾ ਬਣਾ ਲਿਆ, ਖੇਡਣ ਲੱਗ ਗਿਆ। ਹਜ਼ੂਰ ਨੇ ਸਜਦੇ 'ਚ ਕਿਹਾ, ਸੁਭਾਨ ਰੱਬੇ ਅਲਾਲਾ, ਇੱਕ ਸੁਭਾਨ ਰੱਬੇ ਅਲਾਲਾ, ਦੋ ਸੁਭਾਨ ਰੱਬੇ ਅਲਾਲਾ, ਤਿੰਨ। ਜਦੋਂ ਉੱਠਣ ਲੱਗੇ ਜਬਰੀਲ ਨਾਜ਼ਿਲ ਹੋਏ, ਫਰਿਸ਼ਤਾ, ਅੱਲਾ ਦੇ ਨਬੀ ਉੱਠਿਓ ਨਾ, ਅੱਜ ਉੱਠਿਓ ਨਾ, ਅੱਜ ਜਦ ਤੱਕ ਹੁਸੈਨ ਥੱਲੇ ਨਾ ਉਤਰੇ ਤੁਸੀਂ ਉੱਠਣਾ ਨਹੀਂ, ਉੱਠਣਾ ਨਹੀਂ। ਦਰਵਾਜ਼ਾ ਹੈ ਬਤੂਲ ਪੇ ਰਹਿਮਤ ਖੜੀ ਰਹੀ, ਦਰਵਾਜ਼ਾ ਹੈ ਬਤੂਲ ਪੇ ਰਹਿਮਤ ਖੜੀ ਰਹੀ, ਬੈਠੇ ਰਹੇ ਹੁਸੈਨ ਇਬਾਦਤ ਖੜੀ ਰਹੀ, ਬੈਠੇ ਰਹੇ ਹੁਸੈਨ। ਚਲੋ ਸਲਾਮ ਕਰੇ ਐਸੇ ਆਸਤਾਨੇ ਕੋ, ਹੁਸੈਨ ਪਾਲ ਕੇ ਜਿਸਨੇ ਦਿਆ ਜ਼ਮਾਨੇ ਕੋ, ਚਲੋ ਸਲਾਮ ਕਰੇ ਐਸੇ ਆਸਤਾਨੇ ਹੁਸੈਨ ਇਬਾਦਤ ਖੜੀ ਰਹੀ। 72 ਵਾਰ 70 ਵਾਰ ਸੁਭਾਨ ਰੱਬੇ ਅਲਾਲਾ ਪੜਿਆ ਤੇ ਹੁਸੈਨ ਉਤਰ ਗਏ, ਉਤਰ ਕੇ ਕਹਿਣ ਲੱਗੇ ਹੁਸੈਨ ਸਾਡੀ ਨਮਾਜ਼ ਖਰਾਬ ਕਰ ਦਿੱਤੀ, ਤਿੰਨ ਵਾਰ ਪੜ੍ਹਨਾ ਸੀ ਤੇ 70 ਵਾਰ ਪੜ੍ਹਨਾ ਪਿਆ। ਹੁਸੈਨ ਕਹਿਣ ਲੱਗੇ, ਨਾਨਾ ਜੀ ਫਿਕਰ ਨਾ ਕਰੋ, 70 ਵਾਰ ਪੜ੍ਹਿਆ ਨਾ ਤੇ ਮੈਦਾਨੇ ਕਰਬਲਾ 'ਚ 72 ਦੇ ਕੇ ਇਹਦਾ ਜੁਰਮਾਨਾ ਅਦਾ ਕਰਾਂਗਾ। ਰੱਬ ਜਾਣਿਆ ਹੁਸੈਨ ਜਾਣੇ, ਰੱਬ ਜਾਣਿਆ ਹੁਸੈਨ ਲੈ ਕੇ ਆਈ, ਬੜਾ ਖੂਬਸੂਰਤ ਬਾਬਾ ਜੀ ਵਾਸਤੇ। ਰੱਬ ਜਾਣਿਆ ਹੁਸੈਨ ਜਾਣੇ, ਮੇਰਿਆ ਮੁਕਦਰਾ ਚ ਲਿਖੀ ਨਾ ਉਲਾਦ, ਕੀਤਾ ਹੁਸੈਨ ਬਿਨ
ਸਤ ਪੁੱਤਰ ਸਾਜ ਨਾ ਲਾਇਓ ਲੇਕਿਨ ਦਿਓ ਸੁਰ ਚਾਰ ਸਾਲ ਬਾਅਦ ਆਇਆ ਜੀ ਮੈਂ ਔਰ ਪਹਿਲਾਂ ਮੈਂ ਲਗਾਤਾਰ ਹੀ ਆਉਂਦਾ ਸੀਗਾ ਕੋਈ ਵੀ ਮੇਲਾ ਕਦੇ ਮਿਸ ਨਹੀਂ ਸੀ ਪਰ ਵਕਤ ਹੁੰਦਾ ਹੋ ਜਾਂਦਾ ਹੈ ਪਰ ਬਾਪੂ ਜੀ ਨੇ ਦੁਬਾਰਾ ਮੇਲ ਕਰਾਇਆ ਦੋ ਭਰਾਵਾਂ ਦਾ ਮਿਹਰਬਾਨੀ ਹੈ ਸਾਰੇ ਕਲਾਕਾਰ ਹੀ ਇੱਥੇ ਪਿਆਰ ਹੀ ਕਰਦੇ ਇਹਨਾਂ ਨੂੰ ਇਹ ਕਲਾਕਾਰਾਂ ਨੂੰ ਪਿਆਰ ਕਰਦੇ ਮੌਲਾ ਸਰਕਾਰ ਦਾ ਮੌਲਾ ਵਾਲੀ ਸਰਕਾਰ ਮਨਪੁਰ ਨਮਕ ਸੀ ਦੱਸੋ Ali 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 wangu koi mashhoor bhi nahi Ali da waqt nabi ko noor bhi nahi nu
ਸਹਰੀ ਆਸ਼ਕ ਅਲੀ ਨੂੰ ਕਹਿਣ ਜ਼ਿਆਰਤ ਅਲੀ ਰੱਬ ਤੇ ਨਹੀਂ ਪਰ ਰੱਬ ਤੋਂ ਦੂਰ ਵੀ ਨਹੀਂ ਅਲੀ ਰੱਬ ਤੇ ਪਰ ਰੱਬ ਤੋਂ ਦੂਰ ਵੀ ਨਹੀਂ ਬੀਬੀ ਹਿੰਦੂ ਸ਼ਹਿਰਾ ਹੋਇਆ ਪਾਕਿਸਤਾਨ ਦੇ ਵਿੱਚ ਬਾ ਕਮਾਲ ਉਹਨਾਂ ਦੀ ਆਸ਼ਕੀ ਸੀ ਪੰਚਤਨ ਘਰਾਣੇ ਦੇ ਨਾਲ ਉਹ ਲਿਖਦੇ ਆ ਮੈਂ ਹਿੰਦੂ ਹੂੰ ਮਗਰ ਕਾਤਿਲ ਨਹੀਂ ਬੀਬੀ ਨੂੰ ਪਤਾ ਲੱਗਿਆ ਨਾ ਜਦੋਂ ਕਿ ਨਬੀ ਦੇ ਨਿਵਾਸੀਆਂ ਨੂੰ ਉਹਨਾਂ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਸ਼ਹੀਦ ਕਰ ਦਿੱਤਾ ਕੋਈ ਗੈਰ ਮਾਰੇ ਤੇ ਗੱਲ ਬਣਦੀ ਆ ਕੋਈ ਗੈਰ ਮਜ਼ਹਬ ਦਾ ਮਾਰੇ ਔਰ ਬਹੁਤ ਵੱਡਾ ਇਤਿਹਾਸ ਹੈ ਬਾਬਾ ਜੀ ਅਸੀਂ ਤੇ ਬੜੇ ਸਾਡੇ ਲੋਕ ਭੁਲੇਖੇ ਤੁਰੇ ਫਿਰਦੇ ਹਾਂ ਹਜ਼ਰਤ ਮੌਲਾ ਹੁਸੈਨ ਦਾ ਬਦਲਾ ਲੈਣ ਵਾਸਤੇ ਭਾਜੀ ਬੈਠ ਜਾਓ ਤੁਹਾਨੂੰ ਸਾਨੂੰ ਕੁਛ ਦੀਦਾ ਨਹੀਂ ਹੈ ਬੈਠ ਜਾਓ ਮਿਹਰਬਾਨੀ ਜਿਹੜੇ ਰਾਹਿਬ ਦੱਤ ਦਾ ਨਾਮ ਲਿਆ ਨਾ ਉਹ ਬ੍ਰਾਹਮਣ ਸੀਗੇ ਜਿਹੜੇ ਮੁਰੀਦ ਹੋਏ ਮੌਲਾ ਹੁਸੈਨ ਔਰ ਉਹ ਇੱਥੋਂ ਹਿੰਦੁਸਤਾਨ ਤੋਂ 10,000 ਹਿੰਦੂਆਂ ਦੀ ਫੌਜ ਗਈ ਸੀ ਮੌਲਾ ਹੁਸੈਨ ਦਾ ਬਦਲਾ ਲੈਣ ਵਾਸਤੇ ਕਰਬਲਾ 'ਚ ਇੱਥੇ ਕਰਦੇ ਰਹਿੰਦੇ ਇਹ ਮੁਸਲਮਾਨ ਹੈ ਅਤੇ ਹਿੰਦੂ ਹੈ ਅਤੇ ਉਹ ਹੈ ਅਤੇ ਉਹ ਉਹ ਹਿੰਦੂ ਹੀ ਸੀ ਜਿਹੜੇ ਬਦਲਾ ਲੈਣ ਗਏ ਸੀ ਮੌਲਾ ਹੁਸੈਨ ਦਾ ਜਿਹਨਾਂ ਨੇ ਜਾ ਕੇ ਬਦਲਾ ਲਿਆ ਮੈਂ ਹਿੰਦੂ ਹੂੰ ਮਗਰ ਕਾਤਿਲ ਨਹੀਂ ਨਬੀ ਕੀ ਆਲ ਕੋ ਸ਼ਿਕਵਾ ਨਹੀਂ ਹੈ ਮੇਰੇ ਮਾਥੇ ਕੀ ਬਿੰਦੀਆਂ ਕੋ ਨਾ ਦੇਖੋ ਮੇਰੇ ਮਾਥੇ ਕੀ ਬਿੰਦੀਆਂ ਕੋ ਨਾ ਦੇਖੋ ਯੇ ਤਿਲਕ ਹੈ ਖੂਨ ਕਾ ਧੱਬਾ ਨਹੀਂ ਹੈ ਤਿਲਕ ਹੈ ਖੂਨ ਕਾ ਧੱਬਾ ਨਹੀਂ ਹੈ ਸਖਾਵਤੀ ਹੱਦ ਤੇ ਰਤ ਮੁੱਕ ਚੱਲੀ ਪਰਦਿਆਂ ਦੀ ਹੱਦ ਬੀਬੀ ਫਾਤਿਮਾ ਤੇ ਮੁੱਕ ਚੱਲੀ ਪਰਦਿਆਂ ਦੀ ਹੱਦ ਬੀਬੀ ਫਾਤਿਮਾ ਤੇ ਮੁੱਕ ਹੈ ਦਰੀਅਮ ਕਲੰਦਰਮ ਮਸਤਮ ਹਜ਼ਰਤ ਅਬੂ ਅਲੀ ਸ਼ਾਹ ਕਲੰਦਰ ਲਿਖਦੇ ਜ਼ੋਰ ਹੈਦਰੀਅਮ ਮੈਂ ਹੈਦਰੀ ਹੂੰ ਕਲੰਦਰਮ ਮੈਂ ਕਲੰਦਰ ਹੂੰ ਮਸਤਮ ਮੈਂ ਮਸਤ ਹੂੰ ਬੰਦਾ ਏ ਮੁਰਤਜਾ ਅਲੀ ਹਸਤਮ ਮੈਂ ਅਲੀ ਦੀ ਹਸਤੀ ਦਾ ਬੰਦਾ ਪੇਸ਼ਵਾਏ ਤਮਾਮ ਰਿੰਦਾਨਮ ਜਿੰਨੇ ਰਿੰਦ ਜਿੰਨੇ ਫਕੀਰ ਮੈਂ ਸਭ ਦਾ ਪੇਸ਼ਵਾ ਸਭ ਦਾ ਪੀਰ ਮਗਰ ਪੇਸ਼ਵਾਏ ਤਮਾਮ ਰਿੰਦਾਨਮ ਕਿ ਸਗੇ ਕੂਏ ਸ਼ੇਰੇ ਯਜ਼ਦਾਨਮ ਅਲੀ ਦੇ ਸ਼ੇਰ ਰੱਬ ਦੇ ਸ਼ੇਰ ਦੇ ਦਰ ਦਾ ਕੁੱਤਾ ਰੱਬ ਦੇ ਸ਼ੇਰ ਦੇ ਦਰ ਦਾ ਕੁੱਤਾ ਤਮ ਪੰਜ ਕਣੀ ਭਰ ਕੇ ਤੇ ਡਰ ਦੂਰ ਕਰਕੇ ਪੰਜ ਕਣੀ ਭਰ ਕੇ ਹਰ ਕੇ ਡਰ ਦੂਰ ਕਰਕੇ ਤਮ ਪੰਜ ਕਣੀ ਭਰ ਕੇ ਹਰ ਕੇ ਡਰ ਦੂਰ ਕਰਕੇ ਗੱਲ ਕਰਾਂ
ਖੁੰਭ ਠੱਪ ਕੇ ਚੰਗੀ
ਤਰ੍ਹਾਂ ਮੁਨਕਰ ਦੀ ਪੈਰਾਂ ਹੇਠ ਲਤਾੜ ਕੇ ਲੰਘ ਜਾਣਾ। ਮੈਨੂੰ ਖੌਫ ਨਹੀਂ ਉਹ ਦੋਜ਼ਖ ਵਾਲਾ, ਅਲੀ ਅਲੀ ਪੁਕਾਰ ਕੇ ਲੰਘ ਜਾਣਾ। ਭਾਵੇਂ ਲੱਖਾਂ ਹੀ ਸਰਾਤ ਹੋਵਣ, ਨਾਰਾ ਅਲੀ ਦਾ ਮਾਰ ਕੇ ਲੰਘ ਜਾਣਾ। ਤੂੰ ਜੱਪ ਸਕੀ ਨਾ ਐਸਾ ਕੋਈ ਸ਼ਹੀਦੀ ਦਾ ਮਕਾਮ, ਨਾ ਕੋਈ ਸਖਾਵਤ ਨਾ ਕੋਈ ਸ਼ੁਜਾਇਤ, ਨਾ ਕੋਈ ਸਖਾਵਤ ਨਾ ਸ਼ੁਜਾਇਤ, ਨਾ ਸ਼ਹਾਦਤ ਨਾ ਇਬਾਦਤ। ਬੀਬੀ ਜਦੋਂ ਨਮਾਜ਼ ਪੜ੍ਹਦੇ ਸੀ ਸਵੇਰ ਹੋ ਜਾਣੀ, ਸਵੇਰੇ ਉੱਠ ਕੇ ਕਹਿਣਾ ਅੱਲਾ ਕੋਈ ਇੱਕ ਰਾਤ ਤਾਂ ਐਸੀ ਦੇ ਦੇ ਜਿਹਦੇ ਵਿੱਚ ਮੇਰਾ ਸਜਦਾ ਹੋ ਜਾਵੇ। ਕੋਈ ਤਾਂ ਰਾਤ ਐਡੀ ਲੰਬੀ ਕਰ ਦੇ ਜਿਹਦੇ ਵਿੱਚ ਫਾਤਿਮਾ ਦਾ ਸਜਦਾ ਹੋ ਜਾਵੇ। ਬੀਬੀ ਦੇ ਸਿਰੋਂ ਚੁੰਨੀ ਉੱਤਰਦੀ ਤੇ ਸੂਰਜ ਛੁਪ ਜਾਂਦਾ ਸੀ ਬਦਲਾਂ 'ਚ, ਕਿ ਨਬੀ ਦੀ ਬੇਟੀ ਦੇ ਸਿਰ ਤੋਂ ਚੁੰਨੀ ਉੱਤਰ ਗਈ। ਇਹ ਅਦਬ ਸੀ ਬੀਬੀ ਦਾ। ਬੀਬੀ ਦਾ ਜਦੋਂ ਇੰਤਕਾਲ ਹੋਇਆ ਤਾਂ ਵਸੀਅਤ ਕਰਕੇ ਗਏ ਸੀ ਕਿ ਅਲੀ ਤੇਰੇ ਤੋਂ ਬਿਨਾਂ ਮੇਰੇ ਜਨਾਜ਼ੇ 'ਚ ਕੋਈ ਨਾ ਹੋਵੇ, ਔਰ ਮੇਰਾ ਜਨਾਜ਼ਾ ਰਾਤ ਦੇ ਹਨੇਰੇ 'ਚ ਕਰਵਾ ਦੇਣਾ। ਨਾ ਸੂਰਜ ਵੇਖੇ, ਨਾ ਅਸਮਾਨ ਵੇਖੇ, ਨਾ ਕੋਈ ਚਿੜੀ ਜਨੌਰ ਵੇਖੇ, ਇੱਕ ਤੂੰ ਵੇਖੇ ਤੇ ਤੈਨੂੰ ਮੈਂ ਵੇਖਾਂ। ਅਲੀ ਵਾਂਗੂ ਕੋਈ ਮਸ਼ਹੂਰ ਵੀ ਨਹੀਂ, ਅਲੀ ਵਾਂਗੂ ਕੋਈ ਮਸ਼ਹੂਰ ਵੀ ਨਹੀਂ, ਅਲੀ ਦਾ ਵਕਤ ਨਬੀ ਤੋਂ ਨੂਰ ਵੀ ਨਹੀਂ, ਸੈਰੀ ਆਸ਼ਕ ਅਲੀ ਨੂੰ ਕਹਿਣ ਦੀ ਆਦਤ, ਅਲੀ ਰੱਬ ਤੇ ਨਹੀਂ ਪਰ ਰੱਬ ਤੋਂ ਦੂਰ ਵੀ ਨਹੀਂ। ਤੂੰ ਜੱਪ ਉਹ ਬਸ ਕਰੋ, ਇਹ ਅਲੀ ਕਾ ਸਦਕਾ ਹੈ। ਯੇ ਮੌਲਾ ਸਰਕਾਰ ਕੇ ਸਦਕੇ ਮੇਂ ਤੇਰਾ ਨਾਮ ਚੱਲ ਰਹਾ ਹੈ, ਮੇਰਾ ਕਾਮ ਚੱਲ ਰਹਾ ਹੈ, ਯੇ ਵੋ ਸਿਲਸਿਲਾ ਹੈ ਜੋ ਸੁਬਹ ਸ਼ਾਮ ਚੱਲ ਰਹਾ ਹੈ। ਤੂੰ ਜੱਪ ਅਲੀ ਅਲੀ, ਤੂੰ ਜੱਪ ਅਲੀ ਅਲੀ। ਮੁਸ਼ਕਿਲ ਦੂਰ ਨਾ ਜਾਵੇ ਤੇ ਫੇਰ ਆਖੀ ਯਾਦ ਅਲੀ ਨੂੰ ਕਰਕੇ, ਯਾਦ ਅਲੀ ਨੂੰ ਕਰਕੇ ਬਹਾ ਹੰਝੂ, ਯਾਦ ਅਲੀ ਨੂੰ ਕਰਕੇ ਬਹਾ ਹੰਝੂ। ਨਬੀ ਸੀਨੇ ਨਾ ਲਾਵੇ ਤੇ ਫੇਰ ਆਖੀ, ਨਬੀ ਸੀਨੇ ਨਾ ਲਾਵੇ ਤੇ ਫੇਰ ਆਖੀ। ਨਬੀ ਸੀਨੇ ਨਾ ਲਾਵੇ ਤੇ ਫੇਰ ਆਖੀ।
ਨਾਮੇ ਅਲੀ ਦਾ ਵਾਸਤਾ ਦੇਖ ਦੇ ਕੇ, ਨਾਮੇ ਅਲੀ ਦਾ ਵਾਸਤਾ ਦੇਖ ਦੇ ਕੇ, ਮੁਸ਼ਕਿਲ ਭੱਜੀ ਨਾ ਜਾਵੇ ਤੇ ਫੇਰ ਆਖੀ, ਮੁਸ਼ਕਿਲ ਭੱਜੀ ਨਾ ਜਾਵੇ ਤੇ ਫੇਰ ਆਖੀ, ਸਰਦਾਰ ਅਲੀ ਨੇ ਜੇ ਤੇਰੀ ਬਾਹ ਫੜ ਲਈ, ਸਰਦਾਰ ਅਲੀ ਨੇ ਤੇਰੀ ਜੇ ਬਾਹ ਫੜ ਲਈ, ਸਰਦਾਰ ਅਲੀ ਨੇ ਜੇ ਤੇਰੀ ਬਾਹ ਫੜ ਲਈ, ਸਰਦਾਰ ਅਲੀ ਨੇ ਤੇਰੀ ਬਾਹ ਫੜ ਲਈ, ਬੋਲ ਬੋਲ, ਸਰਦਾਰ ਅਲੀ ਨੇ ਜੇ ਤੇਰੀ ਬਾਹ ਫੜ ਲਈ, ਸਰਦਾਰ ਅਲੀ ਨੇ ਮਰ ਕੇ ਜੰਨਤ ਨਾ ਪਾਵੇਂ ਤੇ ਫੇਰ ਆਖੀ, ਤੂੰ ਜੱਪ ਕਰੀ ਅਲੀ, ਤੂੰ ਜੱਪ ਕਰੀ ਉਹ ਜੱਪ, ਸ਼ੈਤਾਨ ਫਤਿਹ ਹੋ ਗਿਆ, ਅਲੀ ਅਲੀ ਜੰਮਿਆ, ਇੱਕ ਬੀਬੀ ਫਾਤਮਾ ਵਾਲਾ ਅੰਤਰਾ, ਬੀਬੀ ਫਾਤਮਾ ਵਾਲਾ ਅੰਤਰਾ ਕਹੋ, ਫਾਤਿਮਾ ਦੇ ਦਰ ਤੋਂ ਸਵਾਲੀ ਨਾ ਕੋਈ ਮੁੜਿਆ, ਫਾਤਿਮਾ ਦੇ ਦਰ ਤੋਂ ਸਵਾਲੀ ਨਾ ਕੋਈ ਮੁੜਿਆ, ਫਾਤਿਮਾ ਦੇ ਦਰ ਤੋਂ ਸਵਾਲੀ ਕੋਈ ਨਾ ਮੁੜਿਆ, ਰਹਿਮਤੀ ਖਜ਼ਾਨਾ, ਰਹਿਮਤੀ ਖਜ਼ਾਨਾ ਕਦੀ ਇਸ ਦਰ ਤੋਂ ਨਹੀਂ ਥੋੜਿਆ, ਰਹਿਮਤੀ ਖਜ਼ਾਨਾ ਕਦੀ ਇਸ ਦਰੋਂ ਨਹੀਂ ਥੋੜਿਆ, ਹਾਂ ਮੰਗਦੇ ਨੇ ਰੋਟੀ ਵੀ ਤਾਂ ਆ ਕੇ ਫਰਿਸ਼ਤੇ, ਰੋਟੀਆਂ ਫਰਿਸ਼ਤੇ, ਰੋਟੀਆਂ ਜਿਸ ਦਰ ਤੋਂ ਫਰਿਸ਼ਤੇ ਵੀ ਰੋਟੀਆਂ ਮੰਗਦੇ ਰਹੇ ਤੇ ਸਾਡੀ ਤਾਂ ਔਕਾਤ ਕੋਈ ਨਹੀਂ, ਅਸੀਂ ਤੇ ਮੰਗਣ, ਸਾਡਾ ਤਾਂ ਹੱਕ ਹੈ ਉਸ ਦਰ ਤੇ, ਮੰਗਦੇ ਨੇ ਰੋਟੀਆਂ ਫਰਿਸ਼ਤੇ, ਹੁਸੈਨ ਤੇ ਆ, ਇੱਕ ਮੌਲਾ ਹਸਨ ਤੇ ਆ, ਇੱਕ ਬੀਬੀ ਫਾਤਮਾ ਤੇ, ਪੂਰੇ ਪੂਰੇ ਪੰਜ ਤਨ ਦੇ ਘਰਾਣੇ ਤੇ ਇੱਕ ਕਸੀਦਾ,
ਤੇ ਕਿਉਂਕਿ ਮੈਨੂੰ ਇਸ ਘਰਾਣੇ ਨਾਲ ਬਹੁਤ ਮੁਹੱਬਤ ਹੈ, ਇਸ਼ਕ ਹੈ, ਸਭ ਨੂੰ ਹੀ, ਪੂਰੀ ਕਾਇਨਾਤ ਨੂੰ ਇਸ਼ਕ ਹੈ। ਅਤੇ ਸਾਡਾ ਤਾਂ ਜੇ ਮਾੜਾ ਮੋਟਾ ਹੋ ਜਾਵੇ ਤਾਂ ਅੱਛੀ ਗੱਲ ਹੀ ਹੈ। ਬਾਬਾ ਜੀ ਠੀਕ ਹੈ ਜੀ, ਹੈ ਮੈਂ ਵੀ ਅੱਜ ਖੂਨਦਾਨ ਕਰਨਾ ਸੀ ਯਾਰ, ਮੈਨੂੰ ਗਾਉਣ ਹੀ ਲਾਤਾ ਤੁਸੀਂ, ਸੱਚੀ ਗੱਲ ਹੈ। ਕਿਆ ਬਾਤ ਹੈ ਜੀ, ਮੈਂ ਪ੍ਰੋਗਰਾਮ ਦੀ ਬਾਈਟ ਬਣਾ ਕੇ ਭੇਜੀ, ਮੈਨੂੰ ਮੈਸੇਜ ਆਇਆ ਕਹਿੰਦੇ ਯਾਰ ਤੂੰ ਮੁੱਚ ਬਾਬਾ ਕਹਿਤਾ, ਸੇਵਾਦਾਰ ਕਹਿਣਾ ਸੀ। ਮੈਂ ਤੁਸੀਂ ਸੇਵਾਦਾਰ ਬਣਦੇ ਰਹੋ, ਸਾਡੇ ਲਈ ਤਾਂ ਬਾਬਾ ਹੀ ਹੋ। ਚਲੋ ਇਹ ਤਾਂ ਅੱਲਾ ਜਾਣਦਾ, ਪਰ ਇਹ ਖੂਨਦਾਨ ਕਰਨਾ ਚਾਹੀਦਾ, ਖੂਨਦਾਨ ਮਹਾਂਕਲਿਆਣ। ਅਤੇ ਜਦ ਵੀ ਕਦੇ ਕੈਂਪ ਲੱਗੇ ਤਾਂ ਮੈਕਸੀਮਮ ਜਿਹੜੀਆਂ ਤੁਸੀਂ ਯੂਨਿਟਾਂ ਦਾਨ ਕਰਨੀਆਂ ਨੇ ਤਾਂ ਕਿ ਕਿਸੇ ਜ਼ਰੂਰਤਮੰਦ ਦੇ ਉਹ ਕੰਮ ਆ ਸਕੇ। ਸਾਨੂੰ ਪਤਾ ਸੀ ਹੋਸਪਿਟਲ 'ਚ ਪਿਛਲੇ 1.5-2 ਸਾਲ ਤੋਂ ਲਟਕ ਰਹੇ ਹਾਂ, ਅਤੇ 10-11 ਯੂਨਿਟਾਂ ਤਕਰੀਬਨ ਸਾਨੂੰ ਜ਼ਰੂਰਤ ਪਈ ਸੀ PGI ਦੇ ਵਿੱਚ, ਅਤੇ ਉਦੋਂ ਪਤਾ ਲੱਗਦਾ ਕਿ ਇਹਦਾ ਮਹੱਤਵ ਕੀ ਹੈ। ਸੋ ਇਹਨੂੰ ਸੰਭਾਲ ਕੇ ਵੀ ਰੱਖਿਆ ਕਰੋ, ਠੀਕ ਹੈ, ਨਸ਼ਿਆਂ 'ਚ ਨਾ ਫੂਕੀ ਜਾਇਆ ਕਰੋ ਐਵੇਂ ਨੂੰ। ਜੇ ਇਹਨੂੰ ਜਿੰਨਾ ਸੰਭਾਲ ਕੇ ਰੱਖੋਗੇ ਇਸ ਬਲੱਡ ਨੂੰ, ਇੱਕ ਗੁੱਸੇ 'ਚ ਨਾ ਫੂਕਿਆ ਕਰੋ, ਗੁੱਸੇ 'ਚ ਵੀ ਨਹੀਂ ਫੂਕਣਾ ਖੂਨ ਨੂੰ, ਠੀਕ ਹੈ। ਹਾਂ ਬਾਬਾ ਜੀ ਆ ਗਏ ਜੀ, ਸ਼ਾਨ ਸ਼ਾਹ ਜੀ, ਜਿੱਦਾਂ ਜਿੱਦਾਂ ਮਹਿਫਲ ਸਮਾਪਤੀ ਵੱਲ ਜਾ ਰਹੀ ਹੈ ਤਾਂ ਮਹਿਫਲ ਸ਼ੁਰੂ ਹੀ ਹੋਈ ਜਾਂਦੀ ਹੈ। ਬਾਬਾ ਸ਼ਾਨ ਸ਼ਾਹ ਸੂਰਾ ਪੂਰਾ ਦਰਬਾਰ, ਬੁਰਹਾਨ, ਹਾਂਜੀ ਹਾਂ ਬੁਰਹਾਨ, ਕਿਆ ਬਾਤ ਹੈ। 24 ਫਰਵਰੀ ਮੈਂ ਇਨਸ਼ਾਅੱਲਾ ਜ਼ਰੂਰ ਪਹੁੰਚੂਗਾ ਜੀ, ਅਤੇ ਬਰਥਡੇ ਹੈ ਜੋਤੀ ਦਾ। ਬਾਬਾ ਜੀ ਕਿੱਦਾਂ ਜੀ, ਮੱਥਾ ਟੇਕਦੇ ਜੀ, ਕਿੱਦਾਂ ਠੀਕ ਹੋ ਤੁਸੀਂ? ਲਓ ਜੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਜੀ, ਜਿੰਨੇ ਕਲਾਕਾਰ ਜਿੰਨੇ ਕਦਮ ਚੱਲ ਕੇ ਆਏ ਸਾਰਿਆਂ ਦਾ ਹੀ ਇਸਤਕਬਾਲ ਔਰ ਸਿਰ ਮੱਥੇ 'ਤੇ। ਆ ਲੈ ਜਾਓ ਵੀ ਮੁੰਡੇ, ਮਨੀ ਲਈ। ਸੋ ਹਜ਼ਰਤ ਪੀਰ ਸ਼ੇਰੇ ਖੁਦਾ ਬਾਬਾ ਸੂਰਾ ਪੂਰਾ ਸਰਕਾਰ ਦੀ ਗੱਦੀ ਨਿਸ਼ੀਨ ਸ਼ਾਨ ਸਰਕਾਰ ਜੀ ਤਸ਼ਰੀਫ ਲੈ ਕੇ ਆਏ ਨੇ ਇਸਤਕਬਾਲ ਜੀ ਆਇਆਂ ਨੂੰ ਨਿੱਘਾ ਸਵਾਗਤ ਇੱਥੇ ਪਹੁੰਚਣ 'ਤੇ। ਸਾਡੀ ਜੋਤੀ ਭੈਣ ਉਹ ਪਹੁੰਚੇ ਨੇ, ਮੈਨੂੰ ਤਾਂ ਉੱਦਾਂ ਹੀ ਨਹੀਂ ਉਹ ਮੇਲਾ ਭੁੱਲਦਾ, ਪਹਿਲਾ ਮੇਲਾ, ਬਾ ਕਮਾਲ ਹਾਜ਼ਰੀ ਹੋਈ ਸੀ। ਸੋ ਇੱਕ ਵਾਰ ਫਿਰ ਮੇਰੇ ਵੱਲੋਂ ਜੀ ਆਇਆਂ ਨੂੰ ਔਰ
ਇਸ ਦਰਬਾਰ ਦੀ ਖਿਦਮਤਗਾਰ ਸੇਵਾਦਾਰ ਕਾਲੇ ਸ਼ਾਹ ਜੀ, ਬਹੁਤ ਸਾਰੀਆਂ ਮੁਬਾਰਕਾਂ ਜਨਮ ਦਿਨ ਦੀਆਂ ਜੀ। ਸਾਰੇ ਜਣੇ ਇੱਕ ਵਾਰੀ ਬਾਬਾ ਜੀ ਲਈ ਮੁਬਾਰਕਬਾਦ ਦੇ ਦਿਓ। ਸਾਰੇ ਜਣੇ ਜ਼ੋਰ ਦੇਣੀ ਤਾੜੀ ਮਾਰ ਦਿਓ ਇੱਕ ਵਾਰੀ ਜ਼ਰਾ, ਸਾਰੀ ਸੰਗਤ। ਥੈਂਕ ਯੂ ਸੋ ਮੱਚ ਆਲ ਮੀਡੀਆ ਚੈਨਲ, ਸਪੈਸ਼ਲ ਥੈਂਕਸ ਅੱਜ ਦੇ ਇਸ ਖੂਬਸੂਰਤ ਮਾਹੌਲ ਨੂੰ ਆਪਣੇ ਵੀਡੀਓ ਕੈਮਰੇ ਦੇ ਨਾਲ ਇੱਕ ਯਾਦਗਾਰ ਬਣਾਇਆ, ਔਰ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਦੂਰੋਂ ਨੇੜਿਓਂ ਚੱਲ ਕੇ ਸੰਗਤ ਆਈ ਹੈ, ਸਾਰਿਆਂ ਦਾ ਦਿਲੋਂ ਧੰਨਵਾਦ। ਜੈ ਮਸਤਾਂ ਦੀ, ਜੈ ਪੀਰਾਂ ਦੀ, ਜੈ ਸੱਚੀਆਂ ਸਰਕਾਰਾਂ ਦੀ।